ਭਿਆਨਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਬੱਸ ਦਾ ਅਚਾਨਕ ਟਾਇਰ ਫਟ ਗਿਆ ਤੇ ਬੱਸ ਬੇਕਾਬੂ ਹੋ ਗਈ, ਜਿਸ ਤੋਂ ਬਾਅਦ ਰੇਲਿੰਗ ਨਾਲ ਜਾ ਟਕਰਾਈ ਹੈ। ਦੱਸਦੇ ਕਿ ਦਸੂਹਾ ਤਲਵਾੜਾ ਮੁੱਖ ਸੜਕ ਤੇ ਇਹ ਹਾਦਸਾ ਹੋਇਆ ਹੈ। ਸੰਗਰਾ ਪੁਲ ਦੇ ਨੇੜੇ ਨਿੱਜੀ ਕੰਪਨੀ ਦੀ ਬੱਸ ਸੀ, ਅਚਾਨਕ ਟਾਇਰ ਫਟ ਗਿਆ, ਬੱਸ ਬੇਕਾਬੂ ਹੋ ਗਈ, ਰੇਲਿੰਗ ਨਾਲ ਜਾ ਟਕਰਾਈ ਹੈ। ਹਾਲਾਂਕਿ ਗਨੀਮਤ ਰਹੀ ਹੈ ਕਿ ਸਵਾਰੀਆਂ ਅਤੇ ਬੱਸ ਚਾਲਕ ਸੁਰੱਖਿਅਤ ਨੇ। ਦੱਸਿਆ ਜਾ ਰਿਹਾ ਹੈ ਕਿ ਸੰਗਰਾ ਪੁਲ ਤੇ ਜਦੋਂ ਬੱਸ ਜਾ ਰਹੀ ਸੀ ਤਾਂ ਅਚਾਨਕ ਕਮਾਣੀ ਟੁੱਟ ਗਈ, ਟਾਇਰ ਫਟ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਰੇਲਿੰਗ ਦੇ ਨਾਲ ਟਕਰਾ ਕੇ ਰੁਕ ਗਈ। ਹਾਲਾਂਕਿ ਜੇਕਰ ਰੇਲਿੰਗ ਨਾ ਹੁੰਦੀ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਸੜਕ ਹਾਦਸਾ ਵਾਪਰਿਆ ਹੈ। ਇੱਕ ਨਿੱਜੀ ਕੰਪਨੀ ਦੀ ਬੱਸ ਸੀ, ਜਾ ਰਹੀ ਸੀ, ਚੱਲਦੀ ਬੱਸ ਦਾ ਅਚਾਨਕ ਟਾਇਰ ਫਟ ਗਿਆ ਅਤੇ ਬੱਸ ਬੇਕਾਬੂ ਹੋ ਗਈ, ਜਿਸ ਤੋਂ ਬਾਅਦ ਪੁਲ ਤੋਂ ਗੁਜ਼ਰ ਰਹੀ ਸੀ ਇਹ ਬੱਸ ਤਾਂ ਹੇਠਾਂ ਵੀ ਡਿੱਗ ਸਕਦੀ ਸੀ, ਪਰ ਕਿਉਂਕਿ ਰੇਲਿੰਗ ਸੀ ਅਤੇ ਰੇਲਿੰਗ ਕਰਕੇ ਬਚਾਅ ਹੋ ਗਿਆ। ਰੇਲਿੰਗ ਦੇ ਨਾਲ ਬੱਸ ਟਕਰਾ ਗਈ, ਰੇਲਿੰਗ ਵੀ ਤੋੜ ਦਿੱਤੀ ਹੈ, ਪਰ ਬੱਸ ਰੁਕ ਗਈ ਉਸ ਤੋਂ ਬਾਅਦ। ਤਾਂ ਦਸੂਹਾ ਤਲਵਾੜਾ ਮੁੱਖ ਸੜਕ 'ਤੇ ਹਾਦਸਾ ਵਾਪਰਿਆ। ਸੰਗਰਾ ਪੁਲ ਹੈ, ਨਿੱਜੀ ਕੰਪਨੀ ਦੀ ਬੱਸ ਸੀ, ਸਵਾਰੀਆਂ ਨਾਲ ਭਰੀ ਹੋਈ ਬੱਸ ਸੀ, ਟਾਇਰ ਫਟ ਗਿਆ, ਬੇਕਾਬੂ ਹੋ ਗਈ, ਰੇਲਿੰਗ ਨਾਲ ਜਾ ਟਕਰਾਈ, ਸਵਾਰੀਆਂ ਦੇ ਵਿੱਚ ਚੀਕ ਪੁਕਾਰ ਮੱਚ ਗਈ। ਹਾਲਾਂਕਿ ਸਵਾਰੀਆਂ ਸਹੀ ਸਲਾਮਤ ਨੇ, ਬੱਸ ਚਾਲਕ ਵੀ ਸੁਰੱਖਿਅਤ ਹੈ, ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਬੱਸ ਦੀ ਕਮਾਣੀ ਟੁੱਟ ਗਈ ਅਤੇ ਟਾਇਰ ਫਟ ਗਿਆ, ਜਿਸ ਕਾਰਨ ਬੱਸ ਪੁਲ ਦੇ ਵਿੱਚੋਂ ਵਿੱਚ ਰੇਲਿੰਗ ਨਾਲ ਟਕਰਾ ਕੇ ਰੁਕ ਗਈ। ਹਾਲਾਂਕਿ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਸ ਢੰਗ ਦੇ ਨਾਲ ਇਹ ਹਾਦਸਾ ਵਾਪਰਿਆ।